ਹਾਂਜੀ ਦੋਸਤੋ ਕੀ ਹਾਲ ਚਾਲ ਤੇ ਸਵਾਗਤ ਹੈ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਪਿਛਲੇ ਦਿਨਾਂ ਚ ਬਹੁਤ ਸਾਰੀਆਂ ਵੀਡੀਓਜ਼ ਤੁਸੀਂ ਦੇਖੀਆਂ ਹੋਣੀਆਂ ਜਿਦੇ ਚ ਦੱਸਿਆ ਗਿਆ ਕਿ ਤੂੜੀ ਦੇ ਰੇਟ ਜਿਹੜੇ ਘਟਨੇ ਸ਼ੁਰੂ ਹੋ ਗਏ ਆ ਕਿੰਨੇ ਕੁ ਤੂੜੀ ਦੇ ਰੇਟ ਘਟਿਆ ਘਟੇ ਵੀ ਆ ਕਿ ਨਹੀਂ ਵੀ ਘਟਿਆ ਅੱਜ ਦੀ ਵੀਡੀਓ ਚ ਗੱਲ ਕਰਾਂਗੇ ਤੇ ਕਿੰਨੇ ਕਿੰਨੇ ਰੇਟ ਜਿਹੜੇ ਆ ਤੁਹਾਡੇ ਇਲਾਕਿਆਂ ਚ ਤੂੜੀ ਦੇ ਚੱਲ ਰਹੇ ਨੇ ਅੱਜ ਦੀ ਵੀਡੀਓ ਤੁਹਾਡੇ ਨਾਲ ਸਾਰੀ ਜਿਹੜੀ ਜਾਣਕਾਰੀ ਸਾਂਝੀ ਕਰਾਂਗੇ ਵੀਡੀਓ ਚ ਅੱਗੇ ਵਧਣ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਹੈ ਜਿਹੜੇ ਵੀਰ ਚੈਨਲ ਤੇ ਨਵੇਂ ਜੁੜੇ ਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਬੈਲ ਵਾਲਾ ਬਟਨ ਜਰੂਰ ਪ੍ਰੈਸ ਕਰ ਲਿਓ ਸੋ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਸੁਨਾਮ ਦੀ ਗੱਲ ਕਰ ਲੈਨੇ ਆ ਤਾਂ ਸੁਨਾਮ ਚ ਤੂੜੀ ਦਾ ਰੇਟ ਜਿਹੜਾ ਹੈ 720 ਤੋਂ ਲੈ ਕੇ 760 ਦੇ ਰੇਟ ਦੇ ਵਿੱਚ ਸੁਨਾਮ ਚ ਤੂੜੀ ਇਹਨਾਂ ਦੇ ਨਾਲ ਚ ਵਿਕ ਰਹੀ ਆ ਉਸ ਤੋਂ ਬਾਅਦ ਸੰਗਰੂਰ ਦੀ ਗੱਲ ਕਰ ਲਈ ਤਾਂ ਸੰਗਰੂਰ ਚ ਤੂੜੀ ਦਾ ਰੇਟ 700 ਤੋਂ ਲੈ ਕੇ 750 ਰੁਪਏ ਪ੍ਰਤੀ ਗਵੰਟਲ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਪਟਿਆਲੇ ਦੀ ਗੱਲ ਕਰੀ ਤਾਂ ਪਟਿਆਲੇ 'ਚ ਤੂੜੀ ਦਾ ਰੇਟ 740 ਤੋਂ ਲੈ ਕੇ 770 ਦੇ ਰੇਟ ਦੇ ਵਿੱਚ ਪਟਿਆਲੇ 'ਚ ਤੂੜੀ ਵਿਕ ਰਹੀ ਆ। ਮਾਨਸਾ ਦੀ ਗੱਲ ਕਰ ਲੈਨੇ ਤਾਂ ਮਾਨਸਾ 'ਚ ਤੂੜੀ ਦਾ ਰੇਟ 680 ਤੋਂ ਲੈ ਕੇ 730 ਦੇ ਰੇਟ ਦੇ ਵਿੱਚ ਮਾਨਸਾ 'ਚ ਤੂੜੀ ਵਿਕ ਰਹੀ ਆ। ਫਤਿਹਗੜ੍ਹ ਸਾਹਿਬ ਦੀ ਗੱਲ ਕਰ ਲੈਨੇ ਤਾਂ ਇੱਥੇ ਤੂੜੀ ਦਾ ਰੇਟ 760 ਤੋਂ ਲੈ ਕੇ 780 ਦੇ ਰੇਟ ਦੇ ਵਿੱਚ ਫਤਿਹਗੜ੍ਹ ਸਾਹਿਬ 'ਚ ਤੂੜੀ ਵਿਕ ਰਹੀ ਆ। ਇਸ ਤੋਂ ਬਾਅਦ ਮੁਹਾਲੀ ਦੀ ਗੱਲ ਕਰੀ ਤਾਂ ਮੁਹਾਲੀ 'ਚ ਤੂੜੀ ਦੇ ਰੇਟ ਕਾਫੀ ਜ਼ਿਆਦਾ ਘਟ ਚੁੱਕੇ ਆ। ਮੋਹਾਲੀ ਚ ਤੂੜੀ ਦੇ ਰੇਟ ਹੁਣ ਦੀ ਜੇ ਆਪਾਂ ਗੱਲ ਕਰੀ ਤਾਂ 800 ਤੋਂ ਲੈ ਕੇ 840 ਦੇ ਰੇਟ ਦੇ ਵਿੱਚ ਮੋਹਾਲੀ ਚ ਤੂੜੀ ਵਿਕ ਰਹੀ ਆ ਜੇ ਮੋਹਾਲੀ ਦੇ ਨਾਲ ਲੱਗਦੇ ਇਲਾਕਿਆਂ ਜਿਵੇਂ ਖੰਨਾ ਸਰੰਦ ਫਤੇਗੜ ਸਾਹਿਬ ਅਮਲੋਹ ਇਹਨਾਂ ਇਲਾਕਿਆਂ ਦੀ ਗੱਲ ਕਰੀ ਤਾਂ ਇਹਨਾਂ ਇਲਾਕਿਆਂ ਚ ਵੀ ਤੂੜੀ ਦੇ ਰੇਟ ਜਿਹੜਿਆ 750 ਤੋਂ ਲੈ ਕੇ 800 ਦੇ ਰੇਟ ਦੇ ਵਿੱਚ ਤੂੜੀ ਜਿਹੜੀ ਆ ਵਿਕ ਰਹੀ ਆ ਫਰੋਜਪੁਰ ਦੀ ਗੱਲ ਕਰ ਲੈਣੇ ਤਾਂ ਇੱਥੇ ਤੂੜੀ ਦੇ ਰੇਟ 660 ਤੋਂ ਲੈ ਕੇ 680 ਦੇ ਰੇਟ ਦੇ ਵਿੱਚ ਫਰੋਜਪੁਰ ਚ ਤੂੜੀ ਜਿਹੜੀ ਆ ਵਿਕ ਰਹੀ ਆ ਜਲਾਲਾਬਾਦ ਮੁਕਸਰ ਅਬੋਰ ਇਹਨਾਂ ਇਲਾਕਿਆਂ 'ਚ ਵੀ ਤੂੜੀ ਦੇ ਰੇਟ ਕਾਫੀ ਮੰਦੇ ਜਿਹੜੇ ਚੱਲ ਰਹੇ ਆ 650 ਤੋਂ ਲੈ ਕੇ 700 ਦੇ ਰੇਟ ਦੇ ਵਿੱਚ ਇਹਨਾਂ ਇਲਾਕਿਆਂ 'ਚ ਤੂੜੀ ਵਿਕ ਰਹੀ ਆ ਗਿੱਦੜਵਾਏ ਦੀ ਗੱਲ ਕਰ ਲੈਨੇ ਤਾਂ ਇੱਥੇ ਤੂੜੀ ਦਾ ਰੇਟ ਜਿਹੜਾ 700 ਤੱਕ ਜਿਹੜੀ ਤੂੜੀ ਗਿੱਦੜਵਾਏ 'ਚ ਵਿਕ ਰਹੀ ਆ ਜਲੰਧਰ ਦੀ ਗੱਲ ਕਰ ਲੈਨੇ ਤਾਂ ਇੱਥੇ ਤੂੜੀ ਦਾ ਰੇਟ ਆ 730 ਰੁਪਏ ਪ੍ਰਤੀ ਕਵਾਂਟਲ ਤੱਕ ਤੂੜੀ ਜਿਹੜੀ ਜਲੰਧਰ 'ਚ ਵੇਚ ਚੁੱਕੀ ਆ ਇਸ ਤੋਂ ਬਾਅਦ ਮਾਝੇ ਦੀ ਗੱਲ ਕਰ ਲੈਨੇ ਤਾਂ ਮਾਝੇ 'ਚ ਤੂੜੀ ਦੇ ਰੇਟ ਜਿਹੜੇ ਆ 710 ਤੋਂ ਲੈ ਕੇ 750 ਦੇ ਰੇਟ ਦੇ ਵਿੱਚ ਪੂਰੇ ਮਾਝੇ 'ਚ ਤੂੜੀ ਵਿਕ ਰਹੀ ਆ ਗੁਰਦਾਸਪੁਰ ਤਰਨਤਾਰਨ ਪੱਟੀ ਕਾਦੀਆਂ ਇਹਨਾਂ ਇਲਾਕਿਆਂ 'ਚ ਤੂੜੀ ਦੇ ਰੇਟ ਜਿਹੜੇ ਆ 750 ਤੱਕ ਤੂੜੀ ਜਿਹੜੀ ਆਰਾਮ ਨਾਲ ਵਿਕ ਰਹੀ ਆ ਇਹ ਜਿਹੜੇ ਰੇਟ ਤੁਹਾਨੂੰ ਦੱਸੇ ਗਏ ਇਹਨਾਂ ਰੇਟਾਂ ਤੇ ਤੂੜੀ ਲੈਣ ਵਾਲੇ ਵੀਰ ਜਿਹੜੇ ਆ ਘਰਾਂ 'ਚੋਂ ਤੂੜੀ ਚੱਕ ਕੇ ਲੈ ਜਾ ਰਹੇ ਆ ਸੋ ਕਿਸਾਨ ਵੀਰੋ ਜੇ ਵੀਡੀਓ ਵਧੀਆ ਲੱਗੀ ਉਹ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜਰੂਰ ਕਰਿਓ ਧੰਨਵਾਦ